ਉਹ ਥਾਣੇ ਦੇ ਵਾਈਟ ਆ, ਦੋ ਬਲੈਕ ਆ, ਇੱਕ ਕਬਹਿਣੀ ਵਾਲੇ ਪਾਸੇ, ਇੱਕ ਬਹਿਣੀ ਵਾਲੇ ਪਾਸੇ। ਬੜਾ ਵਧੀਆ ਉਹਦੇ ਕਹਿਣ ਨੂੰ ਕੁਦਰਤ ਨੇ ਇਹਨੂੰ ਬਣਾਇਆ ਵਾ, ਥੱਲਿਓ ਧੁਨ ਵੀ ਵਾਈਟ, ਦੋ ਥਣ ਵਾਈਟ। ਜਿਹੜੇ ਵੀਰ ਮੰਗਦੇ ਸੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ। ਸੂ ਦੇ ਥੱਲੇ ਜਿਹੜੇ ਬਟਨ ਆ, ਦੁੱਧ ਵਾਲੇ ਪਹੂ ਦੀ, ਦੁਧਾਰੂ ਪਹੂ ਦੀ ਨਿਸ਼ਾਨੀ ਹੁੰਦੀ ਆ, ਸੋ ਵੀ ਲੱਗੇ ਹੋਏ ਆ, ਇਹਨੂੰ ਤੋੜ ਕੇ। ਹਾਂਜੀ, ਸਵਾਗਤ ਆ ਦੋਸਤੋ ਤੁਹਾਡੇ ਆਪਣੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਨਿਊਜ਼ ਰਾਜ ਫਾਰਮ ਵਿੱਚ। ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਦੋਸਤੋ, ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੁਲਾਉਣਿਆ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਲੀ ਰਾਵੀ ਦੇ ਕੱਟੇ ਕੱਟੀਆਂ ਖਰੀਦਣ ਲਈ ਦੋਸਤੋ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ। ਸੋ ਸਾਹਮਣੇ ਤੁਸੀਂ ਦੇਖ ਸਕਦੇ ਆ, ਨਾਮ ਅਮਨਦੀਪ ਸਿੰਘ ਢਿੱਲੋਂ, ਪਿੰਡ ਅਕਾਲੀਆਂ ਵਾਲਾ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ ਲੱਗਦਾ ਆਪਣੇ ਇਸ ਪਿੰਡ ਨੂੰ। ਸੋ ਅੱਜ ਦੋਸਤੋ ਤੁਹਾਨੂੰ ਆਪਾਂ ਤਿੰਨ ਨਗ ਦਿਖਾਉਣੇ ਆ, ਅਤੇ ਤਿੰਨਾਂ ਝੋਟੀਆਂ ਦੀ ਤੁਹਾਨੂੰ ਆਪਾਂ ਡਿਟੇਲ ਦੇਵਾਂਗੇ। ਅਤੇ ਤਿੰਨੇ ਹੀ ਝੋਟੀਆਂ ਬੜੇ ਟੌਪ ਕਲਾਸ ਦੇ ਬਲੱਡ ਲੱਭ ਕੇ ਲਿਆਉਂਦੇ ਆ, ਅਤੇ ਤੁਹਾਨੂੰ ਪਸੰਦ ਵੀ ਆਉਣਗੇ। ਸੋ ਸਭ ਤੋਂ ਪਹਿਲਾਂ ਦੋਸਤੋ ਆਪਣਾ ਫਿਰ ਦੁਬਾਰਾ ਐਡਰੈਸ ਨੋਟ ਕਰ ਲਿਓ, ਨਾਮ ਅਮਨਦੀਪ ਸਿੰਘ, ਕਿਉਂਕਿ ਬਹੁਤੇ ਵੀਰਾਂ ਨੂੰ ਕਨਫਿਊਜ਼ ਹੋ ਜਾਂਦਾ। ਅਮਨਦੀਪ ਸਿੰਘ ਢਿੱਲੋਂ, ਪਿੰਡ ਅਕਾਲੀਆਂ ਵਾਲਾ, ਜ਼ਿਲ੍ਹਾ ਮੋਗਾ, ਤਹਿਸੀਲ ਧਰਮਕੋਟ। ਸੋ ਬਹੁਤੇ ਵੀਰਾਂ ਨੇ ਮੰਗੀਆਂ ਸੀ ਕਿ ਸਾਨੂੰ 50 ਝੋਟੀਆਂ ਬਣ ਦੇ ਲਾਇਕ ਲਿਆ ਕੇ ਦਿਓ, ਅਤੇ ਨਿਸ਼ਾਨੀਆਂ ਵੀ ਪੂਰੀਆਂ ਲਿਆ ਕੇ ਦਿਓ। ਅੱਜ ਨਿਸ਼ਾਨੀਆਂ ਵੀ ਪੂਰੀਆਂ ਵਾ ਅਤੇ ਝੋਟੀਆਂ ਬਣ ਦੇ ਲਾਇਕ ਵੀ ਆ। ਸੋ ਸਭ ਤੋਂ ਪਹਿਲਾਂ ਇੱਧਰ ਵਾਈਟ ਫੇਸ ਦੇ ਵਿੱਚ ਤੁਹਾਨੂੰ ਮੈਂ ਕੱਟੀ ਦਿਖਾਉਣ ਲੱਗਾ ਦੋਸਤੋ। ਸੋ ਇਹ ਦੇਖ ਸਕਦੇ ਆ ਤੁਸੀਂ, ਇਹਦੀ ਅੱਖ ਬਿਲਕੁਲ ਨੀਲੀ ਰਾਵੀ ਵਾਲੀ, ਵਾਈਟ ਫੇਸ, ਸਿੰਘ ਵੀ ਵਾਈਟ, ਚਾਰੇ ਪੈਰਾਂ ਦੇ ਵਾਈਟ ਨਿਸ਼ਾਨ। ਅਤੇ ਦੋਸਤੋ ਮਗਰੋਂ ਇਹਦਾ ਜਿਹੜਾ ਸੂਪਰ ਵੀ ਤੁਸੀਂ ਆ ਦੇਖ ਸਕਦੇ, ਵਾਈਟ ਨਿਸ਼ਾਨ ਆ। ਸੋ ਫੇਸ ਦੀ ਜਿਹੜੀ ਬਿਊਟੀ ਆ ਬਹੁਤ ਹੀ ਜ਼ਬਰਦਸਤ ਆ, ਤੁਸੀਂ ਦੇਖ ਲਿਓ। ਜ਼ਬਾਨ ਗੁਲਾਬੀ ਆ, ਉਮਰ ਦੋਸਤੋ ਲਗਭਗ ਇਹ 1.5 ਸਾਲ 20 ਮਹੀਨਿਆਂ ਦੀ, ਪੌਣੇ 2 ਸਾਲ 1.5 ਸਾਲ ਇੱਥੇ ਦੀ ਉਮਰ ਆ। ਬਾਕੀ ਸੀਮਨ ਸਰਕਾਰੀ ਦੀ ਆ ਦੋਸਤੋ, ਤੁਸੀਂ ਆਪ ਜੱਜ ਕਰ ਦਿਓ। ਸੋ ਇਹਦੇ ਮੈਂ ਥਣ ਦਿਖਾ ਦਿੰਦਾ ਦੋਸਤੋ, ਦੋ ਥਾਣੇ ਦੇ ਵਾਈਟ ਆ, ਦੋ ਬਲੈਕ ਆ, ਇੱਕ ਕਬਹਿਣੀ ਵਾਲੇ ਪਾਸੇ, ਇੱਕ ਬਹਿਣੀ ਵਾਲੇ ਪਾਸੇ। ਬੜਾ ਵਧੀਆ ਉਹਦੇ ਕਹਿਣ ਨੂੰ ਕੁਦਰਤ ਨੇ ਇਹਨੂੰ ਬਣਾਇਆ ਵਾ, ਥੱਲਿਓ ਧੁਨ ਵੀ ਵਾਈਟ, ਦੋ ਥਣ ਵਾਈਟ। ਜਿਹੜੇ ਵੀਰ ਮੰਗਦੇ ਸੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ। ਸੂ ਦੇ ਥੱਲੇ ਜਿਹੜੇ ਬਟਨ ਆ, ਦੁੱਧ ਵਾਲੇ ਪਹੂ ਦੀ, ਦੁਧਾਰੂ ਪਹੂ ਦੀ ਨਿਸ਼ਾਨੀ ਹੁੰਦੀ ਆ, ਸੋ ਵੀ ਲੱਗੇ ਹੋਏ ਆ, ਇਹਨੂੰ ਤੋੜ ਕੇ ਦਿਖਾ ਦਿੰਦੇ ਦੋਸਤੋ, ਤਾਂ ਜੋ ਕਿ ਤੁਹਾਨੂੰ ਇਹਦੀ ਚਾਲ ਤੁਸੀਂ ਜੱਜ ਕਰ ਸਕਦੇ ਆ। ਤੁਰਦੀ ਝੋਟੀ, ਸਾਰਾ ਆਪਣਾ ਤੁਰਨ ਦਾ ਸਟਾਈਲ, ਗਿੱਟੇ ਲੱਤਾਂ ਦਾ ਪਤਾ ਲੱਗ ਜਾਂਦਾ। ਸੋ ਤੁਸੀਂ ਦੇਖ ਸਕਦੇ ਆ। ਸੋ ਇਹਨੂੰ ਆਪਾਂ ਇੱਧਰ ਨੂੰ ਲੰਮੀ ਤੋੜ ਦਿੰਦੇ ਹਾਂ, ਆਹ ਦੇਖ ਸਕਦੇ ਤੁਸੀਂ, ਪੂਰੀ ਪਲੀ ਝੋਟੀ ਆ ਦੋਸਤੋ। ਅਤੇ ਇਹਨੂੰ ਕੋਈ 4 ਕੁ ਮਹੀਨੇ ਸਾਂਭਣ ਦੀ ਲੋੜ ਆ, 4 ਮਹੀਨਿਆਂ 'ਚ ਇਹਨੇ ਗੱਬੜ ਹੋ ਜਾਣਾ, ਦੇਖ ਸਕਦੇ ਤੁਸੀਂ, ਬਹੁਤ ਚੰਗੀ ਝੋਟੀ ਆ। ਬਾਕੀ ਜਿਹੜੇ ਵੀਰ ਮੰਗਦੇ ਸੀ ਕਿ ਸਾਨੂੰ ਸਾਰੀ ਪਾਸਿਓਂ ਝੋਟੀ ਪੂਰੀ ਚਾਹੀਦੀ ਆ, ਤਾਂ ਦੋਸਤੋ ਇਹਦੇ ਵਿੱਚ ਸਾਰੇ ਪਾਸਿਓਂ ਜਿਹੜਾ ਮੰਨ ਲਓ ਨਿਸ਼ਾਨੀਆਂ ਵੀ ਪੂਰੀਆਂ ਵਾ, ਅਤੇ ਮਦਰ ਮਿਲਕ ਵੀ ਚੰਗਾ ਵਾ, ਅਤੇ ਨਾਭੇ ਫਾਰਮ ਦੇ ਬੋਲਦੀ ਆ। ਇਹ ਤੁਸੀਂ ਦੋਸਤੋ ਆਪਦੀ ਸਮਝ ਨਾਲ ਖਰੀਦ ਲਿਓ ਵੀ ਕਿਹੜੇ ਦੀ ਹੋ ਸਕਦੀ ਆ। ਸੋ ਇਹਦੀ ਡਿਮਾਂਡ ਵੀ ਦੱਸੀ ਜਾਊਗੀ, ਮੁੱਲ ਸਾਰੀਆਂ ਦੇ ਵੀਡੀਓ 'ਚ ਕੀਤੇ ਜਾਣਗੇ, ਜੇ ਪਸੰਦ ਆਏ ਤਾਂ ਤੁਸੀਂ ਕਾਲ ਕਰ ਸਕਦੇ ਆ। ਸੋ ਇਸ ਤੋਂ ਅੱਗੇ ਜਿਹੜੀ 2 ਨੰਬਰ 'ਤੇ ਝੋਟੀ ਆ ਦੋਸਤੋ, ਇਹ 2 ਸਾਲ ਦੀ ਆ, ਦੁੱਧ ਦਾਂਦਾ ਖੀਰੀ ਆ ਝੋਟੀ, ਬਣਨ ਦੇ ਬਿਲਕੁਲ ਯੋਗ ਆ। ਬਾਕੀ ਇਹਦੀ ਬਿਲਕੁਲ ਤੁਸੀਂ ਬਿਊਟੀ ਦੇਖ ਸਕਦੇ ਆ, ਸੁੱਧੀ ਧਾਰੀ, ਜਿੱਦਾਂ ਇੱਕ ਪਾਸੇ ਨੱਕ ਤੋਂ ਟੇਢੀ ਜਿਹੀ ਧਾਰੀ ਆਉਂਦੀ ਆ, ਜ਼ਬਾਨ ਗੁਲਾਬੀ ਆ, ਦੰਦਾਂ ਤੋਂ ਦੋਸਤੋ ਇਸ ਟਾਈਮ ਪੂਰੀ ਖੀਰੀ ਆ ਇਹ। ਬਾਕੀ ਸਿੰਘ ਜਿਹੜੇ ਆ ਮੱਥੇ ਤੋਂ ਥੱਲੇ ਆ, ਜਿਹੜੀ ਨੀਲੀ ਦੀ ਮੇਨ ਗੱਲ ਹੁੰਦੀ ਆ, ਸੋ ਤੁਸੀਂ ਦੇਖ ਸਕਦੇ ਆ ਬਿਲਕੁਲ ਜਿਹੜੇ ਸਿੰਘ ਮੱਥੇ ਤੋਂ ਥੱਲੇ ਰੱਖੇ ਹੋਏ ਆ, ਚਾਰੇ ਪੈਰਾਂ ਦੇ ਜਾਇਜ਼ ਮਾਰਕਿੰਗ ਆ ਦੋਸਤੋ, ਕੋਈ ਇਹਦੇ ਫਾਲਤੂ ਡੱਬ ਨਹੀਂ ਆ। ਬਾਕੀ ਨਿਸ਼ਾਨੀਆਂ ਇਹ ਵੀ ਪੂਰੀਆਂ ਕਰਦੀ ਆ, ਚਾਰੇ ਪੈਰਾਂ ਦੇ ਵਾਈਟ ਨਿਸ਼ਾਨ, ਸੂਪਰ ਵੀ ਨਿਸ਼ਾਨ ਆ ਦੋਸਤੋ, ਆਹ ਦੇਖ ਸਕਦੇ ਤੁਸੀਂ। ਅਤੇ ਥੱਲਿਓ ਝੋਲੀ ਜਿਹੜੀ ਉਹ ਵੀ ਇਕੱਲੇ ਇਕੱਲੇ ਥਣ ਲੱਗੇ ਆ, ਤੁਸੀਂ ਝੋਲੀ ਇਹਦੀ ਚੈੱਕ ਕਰ ਸਕਦੇ ਦੋਸਤੋ, ਬਸ ਉੱਤੇ। ਬਾਕੀ ਥੱਲੇ ਧੁਨ 'ਤੇ ਵੀ
ਇਹਦੇ ਆਪਣਾ ਵਾਈਟ ਨਿਸ਼ਾਨ ਆ, ਇਹ ਵੀ ਤੋੜ ਕੇ ਦਿਖਾ ਦਿੰਦੇ ਤੁਹਾਨੂੰ। ਸੋ ਖੋਲਿਓ ਜੀ, ਕਿਉਂਕਿ ਤੋੜ ਕੇ ਬਹੁਤੇ ਵੀਰਾਂ ਨੇ ਕਿਹਾ ਸੀ ਕਿ ਵੀਰ ਸਾਨੂੰ ਤੋੜ ਕੇ ਦਿਖਾ ਦਿਆ ਕਰੋ, ਅਤੇ ਸਾਨੂੰ ਇਹਦੀ ਉਮਰ ਦਾ ਵੀ ਪਤਾ ਲੱਗ ਜਾਂਦਾ, ਕੱਦ ਕਾਠ ਦਾ ਵੀ ਪਤਾ ਲੱਗ ਜਾਂਦਾ, ਲੱਤਾਂ ਦੀ ਮਤਲਬ ਤੁਰਨ ਦਾ ਵੀ ਸਟਾਈਲ ਪਤਾ ਲੱਗ ਜਾਂਦਾ, ਸਹੀ ਆ ਪਸ਼ੂ, ਕੋਈ ਗਿੱਟੇ ਤਾਂ ਨਹੀਂ ਭਿੜਦੇ। ਸੋ ਇਸ ਕਰਕੇ ਆਪਾਂ ਤੁਹਾਨੂੰ ਕੋਸ਼ਿਸ਼ ਕੀਤੀ ਆ ਕਿ ਜਿਹੜੇ ਵੀਰਾਂ ਨੇ ਕਮਿਟਮੈਂਟ ਕੀਤੀ ਸੀ ਉਹਨੂੰ ਪੂਰਾ ਕਰਨ ਦੀ। ਸੋ ਬਿਲਕੁਲ ਝੋਟੀ ਇਹ ਵੀ ਬਣਨ ਦੇ ਯੋਗ ਆ, 2-3 ਮਹੀਨੇ ਆਪਦੀ ਸਮਝ ਨਾਲ ਤੁਸੀਂ ਇਹਨੂੰ ਕੋਈ ਪਾਊਡਰ ਚੰਗਾ ਪਾ ਕੇ ਤਿਆਰ ਕਰ ਸਕਦੇ ਆ। ਪਲੀ ਝੋਟੀ ਆ, ਸੁਪਰ ਵੀ ਨਿਸ਼ਾਨ ਆ, ਪੂਛ ਜਿਹੜੀ ਬਿਲਕੁਲ ਮੰਨ ਲਓ ਸਟਰੇਟ ਅੱਧਿਓ ਜ਼ਿਆਦਾ ਚਿੱਟੀ ਆ, ਜਿਹੜੀ ਨੀਲੀ 'ਚ ਹੁੰਦੀ ਆ। ਸੋ ਆ ਇਹਦਾ ਤੁਸੀਂ ਫੇਸ ਇੱਕ ਵਾਰ ਫਿਰ ਨੋਟ ਕਰ ਲਿਓ, ਆ ਦੇਖੋ। ਸੋ ਦੋਸਤੋ ਇਹਦਾ ਫੇਸ ਵਾਕਿਆ ਝੋਟੀ ਦਾ ਬਹੁਤ ਸਾਫ਼ ਆ ਅਤੇ ਸੋਹਣੀ ਆ, ਸਰੀਰਕ ਬਣਤਰ। ਸੋ ਆ ਕਰਿਓ ਚੈੱਕ ਦੋਸਤੋ, ਇਹ ਵੀ ਦੋਸਤੋ ਹੈ ਨਾਭੇ ਸਰਕਾਰੀ ਫਾਰਮ ਦੀ ਆ, ਕਿਹੜੇ ਦੀ ਆ ਤੁਸੀਂ ਆਪ ਐਸਟੀਮੇਟ ਲਾ ਲਿਓ। ਮਦਰ ਮਿਲਕ ਰਿਕਾਰਡ ਆਪਾਂ ਨੂੰ ਇਹਦਾ ਚੰਗਾ ਦੱਸਿਆ ਗਿਆ ਵਾ, ਮੰਨ ਲਓ 13-14 ਕਿਲੋ। ਬਾਕੀ ਤੁਸੀਂ ਦੋਸਤੋ ਪੂਛੇ ਦੀ ਦੇਖ ਸਕਦੇ ਆ, ਬਿਲਕੁਲ ਐਂ ਵਲ ਮਾਰ ਲਓ, ਭੋਰਾ ਹੱਡੀ ਨਹੀਂ ਗੀ ਕਰਮ ਵਾਲੀ ਦੇ। ਅਤੇ ਥਣ ਤੁਹਾਨੂੰ ਮੈਂ ਇੱਕ ਵਾਰ ਫਿਰ ਦਿਖਾ ਦਿੰਦਾ, ਆਹ ਦੇਖੋ। ਸੋ ਇਸ ਤੋਂ ਅੱਗੇ ਲਾਸਟ ਦੇ ਵਿੱਚ ਜਿਹੜੀ ਤੁਹਾਨੂੰ ਆਪਾਂ ਕੱਟੀ ਦਿਖਾਉਣ ਲੱਗੇ ਹਾਂ ਦੋਸਤੋ, ਇਹ ਮੈਂ ਆਪਣੇ ਕਿਸੇ ਦੋਸਤ ਮਿੱਤਰ ਤੋਂ ਲੈ ਕੇ ਆਇਆ। ਸੋ ਅਰਜਨ ਕੁੰਗੜ ਦੀ ਆ ਦੋਸਤੋ, 1.5 ਸਾਲ ਤੋਂ ਇਹਦੀ ਵੀ ਉਮਰ ਘੱਟ ਆ ਕੱਟੀ ਦੀ। ਹਾਈਟ ਲੈਂਥ ਐਕਸਟਰਾ ਆਰਡਨਰੀ ਆ ਦੋਸਤੋ, ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਕੌਲੀ ਦੇ ਵਿੱਚ ਮੰਨ ਲਓ ਰੱਖ ਕੇ ਪਾਣੀ ਪਿਆ ਸਕਦੇ ਇਹਨੂੰ। ਸੋ ਇਹ ਇਹੋ ਜਿਹੀ ਕੱਟੀ ਆ। ਸੋ ਦੇਖ ਸਕਦੇ ਹੋ ਤੁਸੀਂ ਇਹਦੀ ਫੇਸ ਦੀ ਬਿਊਟੀ। ਸੋ ਬਿਲਕੁਲ ਨਿੱਕਾ ਜਿਹਾ ਮੂੰਹ ਲੱਗਾ ਇਹਨੂੰ ਕਰਮ ਵਾਲੀ ਨੂੰ, ਆਹ ਦੇਖੋ। ਅਤੇ ਸਿੰਘ ਬਿਲਕੁਲ ਮੱਥੇ ਦੇ ਵਿੱਚ ਟੱਚ ਕਰ ਜਾਣਾ, ਇਹਨੇ ਨਿੱਕੀ ਨਿੱਕੀ ਸਿੰਗੀ। ਜਿਹੜੇ ਵੀਰ ਮੋਹਰਾਂ ਦੀਆਂ ਜਿਨ੍ਹਾਂ ਨੇ ਕੱਟੀਆਂ ਝੋਟੀਆਂ ਵੇਖੀਆਂ, ਉਹਨਾਂ ਨੂੰ ਪਤਾ ਵਾ ਕਿ ਮੋਹਰਾਂ ਦੀਆਂ ਕਿੱਦਾਂ ਦੀਆਂ ਹੁੰਦੀਆਂ। ਬਿਲਕੁਲ ਬਰੀਕ ਪਿੱਠ ਦੀ ਪੁੜੇ ਦੀ ਪੂਰੀ ਚੱਕਵੀ ਆ। ਅਤੇ ਅਰਜਨ ਕੁੰਗੜ ਦੀ ਆ ਦੋਸਤੋ, ਜਿਹੜੇ ਵੀਰ ਤੋਂ ਲੈ ਕੇ ਆਏ ਆ ਉਹਦੇ ਦੱਸਣ ਮੁਤਾਬਕ ਇਹ ਅਰਜਨ ਕੁੰਗੜ ਦੀ ਆ। ਬਾਕੀ ਦੋਸਤੋ ਦੁੱਲ ਆ, ਇਹ 2 ਥਣੀ ਆ ਦੋਸਤੋ, ਜਮਾਂਦਰੂ 2 ਥਣੀ ਆ ਇਹ। ਸੋ ਦੇਖ ਸਕਦੇ ਤੁਸੀਂ ਜਵਾਨ ਗੁਲਾਬੀ ਆ, ਦੰਦਾਂ ਤੋਂ ਇਹ ਵੀ ਖੀਰੀ ਆ ਦੋਸਤੋ। ਅਤੇ ਇਹਦੀ ਜਿਹੜੀ ਤੁਸੀਂ ਮਿਲਕਮੈਨ ਚੈੱਕ ਕਰਿਓ ਤੁਸੀਂ ਦੋਸਤੋ, ਇੱਧਰਲੇ ਪਾਸਿਓਂ ਵੀ ਅਤੇ ਪਰਲੇ ਪਾਸਿਓਂ ਵੀ ਪੂਛ ਜਿਹੜੀ ਆ ਬਿਲਕੁਲ ਬਰੀਕ ਆ, ਦੇਖ ਸਕਦੇ। ਅਤੇ ਸੂ ਦੇ ਥੱਲੇ ਨਾ ਜਿਹੜੇ ਆ ਬਟਨ ਬਣੇ, ਇੱਥੇ ਜਦੋਂ ਤੁਸੀਂ ਘਰੇ ਆਓਗੇ ਨਾ ਦੋਸਤੋ, ਰੁਪਈਏ ਰੁਪਈਏ ਜਿੱਡੇ ਮੋਟੇ ਹੋਣੇ ਆ, ਆਹ ਕਰਿਓ ਚੈੱਕ। ਜੇ ਤੁਸੀਂ ਕੋਲੇ ਆਓਗੇ ਨਾ ਇੱਥੇ, ਇਹ ਸੂ ਤੋਂ 1 ਇੰਚ ਹੁਣੇ ਪਿੱਛੇ ਆ, ਹਜੇ ਬੱਚਾ ਆ ਇਹ, ਹਜੇ ਇਹਨੇ ਜਵਾਨੀ 'ਚ ਜਾਣਾ, ਇਹਨੇ ਸੂਣਾ, ਹਜੇ ਬੜਾ ਕੁਛ ਇਹਨੇ ਕਰਮ ਵਾਲੀ ਨੇ ਕਰਨਾ ਵਾ। ਅਤੇ ਪੂਰੀ ਟੋਪ ਦੀ ਝੋਟੀ ਬਣਨੀ ਆ ਇਹ, ਕੁਦਰਤ ਨੇ। ਮੈਂ ਪਹਿਲੀ ਕੱਟੀ ਲੈ ਕੇ ਆਇਆ 2 ਦੁੱਲ, ਵੈਸੇ ਵੀ ਮੋਹਰਾਂ ਦੀ ਕੱਟੀ ਮੈਂ ਉਹ ਲੈਂਦਾ ਜਿਹੜੀ ਫੁੱਲ ਰਿਕਾਰਡ ਵਾਲੀ ਹੋਵੇ, ਦੇਸੀ ਕੱਟੀ ਨਹੀਂ ਲੈਂਦਾ, ਕਿਉਂਕਿ ਮੋਹਰਾਂ ਦੇ ਵਿੱਚ ਤਾਂ ਲੈਣੀਆਂ ਹੀ ਸਿਰੇ ਵਾਲਾ ਪੀਸ ਹੁੰਦਾ ਵਾ, ਜਿਹਦਾ ਫੁੱਲ ਰਿਕਾਰਡ ਪਤਾ ਹੋਵੇ। ਅਤੇ ਇਹਦੇ ਥਣ ਜਿਹੜੇ ਦੋਸਤੋ ਉਹ ਜਮਾਂਦਰੂ ਦੁੱਲ ਆ, ਆਹ ਕਰੋ ਚੈੱਕ। ਸੋ ਆਹ ਜਿਹੜੇ ਇਹਦੇ ਥਾਣਾ ਦੋਸਤੋ, ਤੁਸੀਂ ਫਿਰ ਇੱਕ ਵਾਰ ਚੈੱਕ ਕਰ ਲਓ। ਸੋ 2 ਥਾਣਾ ਦੋਸਤੋ, ਆਹ ਦੇਖੋ ਜਮਾਂਦਰੂ 2 ਥਾਣਾ, ਇਹ ਕੁਦਰਤ ਨੇ ਬਣਾਉਣ ਵਾਲਾ ਪਰਮਾਤਮਾ, ਉਹ ਤੋਂ ਕੋਈ ਵੱਡੀ ਚੀਜ਼ ਨਹੀਂ, ਇਹਨੂੰ ਵੀ ਤੋੜ ਕੇ ਦਿਖਾਉਣੇ ਤੁਹਾਨੂੰ, ਆਹ ਕਰਿਓ ਚੈੱਕ। ਖੜਦੀ ਖੁੜਦੀ ਜਿਵੇਂ ਨੁਕਰੀ ਘੋੜੀ ਹੁੰਦੀ ਹੈ ਇਹੋ ਜਿਹੀ ਕੱਟੀ ਆ, ਤੁਹਾਨੂੰ ਇਹਦੀ ਚਾਲ ਦਿਖਾਉਣੇ ਆ, ਨਿੱਕੇ ਨਿੱਕੇ ਪੈਰ ਆ ਵੇਖੋ। ਸੋ ਇਹਦੀ ਤੁਹਾਨੂੰ ਹੁਣ ਮੈਂ ਚਾਲ ਦਿਖਾਊਂਗਾ, ਤੁਸੀਂ ਕਹੋਗੇ ਠੀਕ ਆ, ਵੇਖੋ ਭੋਰਾ ਨਹੀਂ ਉੱਪਰਾਪਨ ਕਰਦੀ, ਬਿਲਕੁਲ ਸਾਫ਼ ਅਤੇ ਸੀਲ ਸੁਭਾਅ ਦੀ ਕੱਟੀ ਆ ਇਹ, ਲੂਤ ਲੂਤ ਕਰਨ ਵਾਲੀਆਂ ਜ਼ਿੰਦਗੀ ਇਹ। ਚੱਲ ਪੁੱਤ ਓਏ, ਚੱਲ ਚੱਲ, ਇੱਧਰ ਨੂੰ ਮੋੜ ਕੇ ਮਾੜੀ ਜੀ ਖੜੀ ਕਰੀ, ਇੱਥੇ ਲੋਕੇਸ਼ਨ ਬੜੀ ਵਧੀਆ, ਵੀਡੀਓ ਬਣਾਉਣ ਦਾ ਵੀ ਨਜ਼ਾਰਾ ਵਾਕਿਆ ਤੋਰ ਕੇ ਹੀ ਆਉਂਦਾ ਵਾ। ਇਹ ਆਹ ਵੇਖੋ ਦੋਸਤੋ, ਸਿੰਘ ਸੁੰਘ ਵੇਖਿਓ ਇਹਦਾ,
ਅੱਖ ਐ ਆ ਜਿਵੇਂ ਉਹਦੇ ਕਹਿੰਦੇ ਸੁਰਮਾ ਪਾਇਆ ਹੁੰਦਾ ਇਹੋ ਜਿਹੀ ਕਾਲੀ ਅੱਖ ਆ ਕਰਮ ਵਾਲੀ ਦੀ ਤੇ ਸਿੰਗ ਬਿਲਕੁਲ ਨਿੱਕਾ। ਸੋ ਇਹ ਵੀ ਕੱਟੀ ਤੁਹਾਡੇ ਪਸੰਦ ਆਊਗੀ, ਪਲੀ ਕੱਟੀ ਆ ਦੁੱਧ ਦੇ, 15 ਕੁ ਮਹੀਨਿਆਂ ਦੇ ਨੇੜੇ ਦੀ ਏਜ ਆ ਦੋਸਤੋ। ਬਾਕੀ ਜੱਜਮੈਂਟ ਤੁਸੀਂ ਆਪ ਕਰਨੀ ਆ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਆ। ਦੁੱਧ ਵੀ ਚੰਗਾ ਜੀ, ਮਾਂ ਥੱਲੇ ਦੱਸਿਆ ਆਪਾਂ ਨੂੰ 14-14.5 ਕਿਲੋ। ਬਾਕੀ ਦੋਸਤੋ ਕੱਟੀ ਹੈ ਵੀ ਬਹੁਤ ਨਜਾਇਜ਼ ਚੰਗੀ ਆ। ਇਹ ਸੀਗੀਆਂ ਅੱਜ ਦੀਆਂ ਆਪਣੀਆਂ 3 ਕੱਟੀਆਂ ਅਤੇ ਤੁਹਾਨੂੰ ਹੁਣ ਡਿਮਾਂਡ ਦੋਸਤੋ ਇਹਨਾਂ ਦੀ ਦੱਸ ਦਿੰਦੇ ਹਾਂ ਕਿ ਇਹਨਾਂ ਜਿਹੜਾ ਤਿੰਨਾਂ ਦਾ ਮੁੱਲ ਆ ਦੋਸਤੋ, ਉਹ ਆਪਾਂ ਜਿਹੜਾ ਲੈਣ ਦੇਣ ਆ ਮੁੱਲ 1.15 ਕਰਦੇ ਹਾਂ। ਅਤੇ ਜੇ ਮੇਰੇ ਵੀਰ ਨੇ ਇਕੱਲੀ ਇਕੱਲੀ ਖਰੀਦਣੀ ਆ ਅਤੇ ਇਕੱਲੀ ਇਕੱਲੀ ਖਰੀਦ ਸਕਦਾ ਵਾ, ਅਤੇ ਜੇ ਕਿਸੇ ਨੇ ਦੜੇ ਦਾ ਸੌਦਾ ਮਾਰਨਾ ਵਾ ਤਾਂ ਇਹਦੇ ਵਿੱਚੋਂ ਮਾਣ ਤਾਣ ਕਰ ਸਕਦਾ ਜੀ, ਕਿਉਂਕਿ ਇਹਦੇ ਵਿੱਚੋਂ ਮਾਣ ਤਾਣ ਹੋ ਜੂਗਾ ਹਰ ਇੱਕ ਦੇ ਵਿੱਚੋਂ। ਇਕੱਲੀ ਇਕੱਲੀ ਦਾ ਜਿਹੜਾ ਮੁੱਲ ਆ ਦੋਸਤੋ ਉਹ ਵੱਖਰਾ ਹੋਊਗਾ, ਅਤੇ ਜੇ ਕੋਈ 3 ਹੀ ਸੈੱਟ ਹੀ ਖਰੀਦਣਾ ਚਾਹੁੰਦਾ ਅਤੇ 1.15 ਦੋਸਤੋ ਬਣਨ ਵਾਲੀਆਂ ਝੋਟੀਆਂ ਇੱਧਰ ਦੋਵੇਂ ਨੀਲੀ ਦੀਆਂ, ਇਹਦੇ ਥਣ ਫਿਰ ਚੈੱਕ ਕਰ ਲਿਓ, ਸਵਾਹ ਕਰੋ ਚੈੱਕ। ਬਹੁਤੇ ਵੀਰ ਕਹਿੰਦੇ ਮੁੱਲ ਨਹੀਂ, ਮੁੱਲ ਤੁਹਾਨੂੰ ਵੀਡੀਓ 'ਚ ਦੱਸਿਆ ਕਰਾਂਗੇ, ਕਿਉਂਕਿ ਆਪਾਂ ਨੂੰ ਤਾਂ ਇਹ ਨਹੀਂ ਕੋਈ ਚੱਕਰ ਗਾ ਵੀ ਆਪਾਂ ਨੂੰ ਕੋਈ ਫ੍ਰੀ ਨਹੀਂ ਆਉਂਦੀਆਂ। ਬਹੁਤ ਬਈ ਦੁਨੀਆ ਘਰ ਘਰ ਹੁਣ ਪਹੁੰਚੀ ਖੜੀ ਆ ਗੱਲ ਵੀ ਨੀਲੀ ਦਾ ਵੀ ਹੋਈ ਪਈ ਆ। ਸੋ ਇਹਨਾਂ ਦਾ ਤਿੰਨਾਂ ਦਾ ਮੁੱਲ ਜਿਹੜਾ 1,15,000 ਆ, ਇਕੱਲੀ ਇਕੱਲੀ ਜੇ ਲੈਣੀ ਹੋਊ ਕਿਸੇ ਨੇ ਤਾਂ ਇਕੱਲਾ ਇਕੱਲਾ ਮੁੱਲ ਜਿਹੜਾ ਕੀਤਾ ਜਾਊਗਾ। ਸੋ ਬਾਕੀ ਦੋਸਤੋ ਜੇ ਕਿਸੇ ਨੂੰ ਪਸੰਦ ਆਉਂਦੀਆਂ ਤਾਂ ਆਪਣੇ ਨਾਲ ਸੰਪਰਕ ਕਰ ਲਵੇ, ਜੇ ਕਿਸੇ ਨੂੰ ਕੋਈ ਮਹਿੰਗਾ ਸਸਤਾ ਲੱਗਦਾ ਤਾਂ ਦੋਸਤੋ ਉਹ ਚਲੋ ਹੋਰ ਵੀ ਬਥੇਰੇ ਭਰਾ ਮੇਰੇ ਵੀਡੀਓ ਪਾਉਂਦੇ ਉੱਥੋਂ ਖਰੀਦ ਸਕਦੇ। ਪਰ ਇਹੋ ਜਿਹੀ ਨੁਕਰੀ ਘੋੜੀ ਵਰਗੀ ਕੱਟੀ ਨਹੀਂ ਮਿਲਣੀ ਗੀ, ਖੜੀ ਦੱਸਦੀ ਇਹਦਾ ਬੋਡੀ ਸਟਰੈਕਚਰ ਵੀ ਕੀ ਚੀਜ਼ ਆ। ਬਾਕੀ ਜੀਜੂ ਲਾ ਗਈ ਆ ਕਰਮ ਵਾਲੀ, ਅਤੇ ਜਦੋਂ ਪਸ਼ੂ ਜੀ ਝਰ ਜਾਂਦਾ ਉਦੋਂ ਹੀ ਫਿਰ ਤਿਆਰੀ ਫੜਦਾ ਪਸ਼ੂ ਚੰਗੀ। ਸੋ ਇੱਕ ਵਾਰ ਫਿਰ ਐਡਰੈਸ ਨੋਟ ਕਰ ਲਿਓ ਮਿੱਤਰੋ, ਨਾਮ ਅਮਨਦੀਪ ਸਿੰਘ, ਪਿੰਡ ਕਾਲੀ ਵਾਲਾ, ਤਹਿਸੀਲ ਧਰਮਪੁਰ, ਜ਼ਿਲ੍ਹਾ ਮੋਗਾ। ਸੋ ਨਿਊਜ਼ ਰਾਜ ਫਾਰਮ ਆਪਣਾ ਫੇਸਬੁੱਕ 'ਤੇ ਪੇਜ ਆ ਅਤੇ ਨਿਊਜ਼ ਰਾਜ ਫਾਰਮ ਆਪਣਾ ਯੂਟਿਊਬ 'ਤੇ ਆ। ਮੋਬਾਈਲ ਨੰਬਰ 84-276-4403, ਇਹਨਾਂ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਦੋਸਤੋ ਮੇਰੇ ਨਾਲ ਗੱਲ ਕਰ ਸਕਦੇ ਆ। ਮੋਬਾਈਲ ਨੰਬਰ 84-276-4403।